ਕਾਰਨਮ ਜੀ ਮਜ਼ਾਕ ਨਾ ਕਰੋ ਤੇ ਸਾਨੂੰ ਦੱਸੋ ਵੀ ਭਾਰਤੀ ਸੰਵਿਧਾਨ ਵਿੱਚ ਐਸੀ ਕਿਹੜੀ ਚੀਜ਼ ਹੈ ਕਿ ਜਿਹਨੂੰ ਲਾਗੂ ਹੋਣ ਦੇ ਨਾਲ ਅਮਰੀਕਾ ਆਪਣੇ $65 ਲੈ ਕੇ ਆਵੇਗਾ ਭਾਰਤ ਵਿੱਚ ਵੀ ਮੈਨੂੰ 1 ਰੁਪਈਆ ਦੇ ਦਿਓ, ਐਸਾ ਕੀ ਹੈ? ਐਸਾ ਹੈ ਮਖੂ ਜੀ ਕਿ ਜਬ ਭਾਰਤ ਮੈਂ ਅੰਗਰੇਜ਼ੋਂ ਕਾ ਰਾਜ ਥਾ, ਠੀਕ ਹੈ, ਉਸ ਸਮੇਂ ਭਾਰਤ ਕੇ 1 ਰੁਪਏ ਔਰ ਅਮਰੀਕਾ ਕੇ $1 ਕੀਮਤ ਬਰਾਬਰ ਹੋਤੀ। ਭਾਰਤ ਮੇਂ ਤਥਾ ਕਥਿਤ ਆਜ਼ਾਦੀ 15 ਅਗਸਤ 1947 ਕੋ ਦੇਸ਼ ਆਜ਼ਾਦ ਹੁਆ, ਉਸਕੇ ਬਾਅਦ ਭਾਰਤ ਕੀ ਕੁਛ ਮੁਦਰਾ ਜੋ ਰੁਪਿਆ ਹੈ ਵੋ ਗਿਰਾ ਔਰ ਉਸ ਸਮੇਂ ਭਾਰਤ ਕਾ 13 ਰੁਪਿਆ ਔਰ ਅਮਰੀਕਾ ਕਾ $1। ਆਜ ਯੇ ਸਥਿਤੀ ਹੈ ਕਿ ਭਾਰਤ ਕਾ 65 ਰੁਪਿਆ ਔਰ ਅਮਰੀਕਾ ਕਾ $1। ਇਸਕਾ ਮਤਲਬ ਹੈ ਕਿ ਰੁਪਿਆ ਸਥਿਰ ਨਹੀਂ ਹੈ। ਕਹੀਂ ਕਈ ਰੁਪਏ ਕੀ ਵੈਲੂ ਗਿਰ ਰਹੀ ਹੈ ਔਰ ਡਾਲਰ ਕੀ ਵੈਲੂ ਬੜ ਰਹੀ ਹੈ, ਇਸ ਲਈ ਰੁਪਿਆ ਆਏ ਦਿਨ ਗਿਰ ਰਹਾ ਹੈ। ਕਿਸੀ ਵੀ ਦੇਸ਼ ਕੀ ਕਰੰਸੀ ਦੇਸ਼ ਕੇ ਖਜ਼ਾਨੇ ਪਰ ਨਿਰਭਰ ਕਰਤੀ ਹੈ ਕਿ ਉਸ ਦੇਸ਼ ਕੇ ਅੰਦਰ ਸਰਕਾਰ ਜਾਂ ਉਸ ਦੇਸ਼ ਮੇਂ ਸਰਕਾਰੀ ਸੰਪਤੀ ਕਿਤਨੀ ਹੈ, ਸਰਕਾਰੀ ਗੋਲਡ ਕਿਤਨਾ ਹੈ, ਸਰਕਾਰੀ ਜ਼ਮੀਨ ਜਾਇਦਾਦ ਜਾਂ ਔਰ ਵੀ ਕਾਰਖਾਨੇ ਕਿਤਨੇ ਹੈ, ਉਨਕੇ ਆਧਾਰ ਪਰ ਉਸ ਦੇਸ਼ ਕੀ ਕਰੰਸੀ ਕੀ ਵੈਲੂ ਗਿਨੀ ਜਾਤੀ ਹੈ। ਜਬਕਿ ਯਹਾਂ ਇਸ ਦੇਸ਼ ਕੇ ਅੰਦਰ ਤੋ ਐਸਾ ਹੈ ਕਿ ਭਾਰਤ ਸਰਕਾਰ ਕੇ ਪਾਸ ਜਿਤਨਾ ਸੋਨਾ ਨਹੀਂ ਹੈ ਖਜ਼ਾਨੇ ਮੇਂ, ਉਸਸੇ ਕਈ ਗੁਣਾ ਜ਼ਿਆਦਾ ਸੋਨਾ ਤੋ ਦੇਸ਼ ਕੇ ਮੰਦਿਰੋਂ ਮੇਂ ਪੜਾ ਹੈ। ਜਹਾਂ ਪਰ ਭਾਰਤ ਸਰਕਾਰ ਕਾ ਕੋਈ ਲੈਣਾ ਦੇਣਾ ਨਹੀਂ ਹੈ। ਕੁਝ 27 ਲੱਖ ਮੰਦਿਰ ਹੈ ਪੂਰੇ ਭਾਰਤ ਮੇਂ, ਛੋਟੇ ਔਰ ਮੋਟੇ 27 ਲੱਖ ਮੰਦਿਰ ਹੈ। ਉਨਮੇਂ ਸੇ ਮੈਂ 4 ਮੰਦਿਰੋਂ ਕਾ ਆਂਕੜਾ ਆਪਕੋ ਬਤਾ ਦੂੰ ਕਿ 4 ਮੰਦਿਰੋਂ ਮੇਂ 30,000 ਟਨ ਸੋਨਾ, 30,000 ਟਨ ਸੋਨਾ। ਔਰ ਉਨ ਮੰਦਿਰੋਂ ਕੇ ਉਪਰ ਨਾ ਤੋ ਪਬਲਿਕ ਕਾ ਕੋਈ ਕੰਟਰੋਲ ਹੈ, ਨਾ ਸਰਕਾਰ ਕਾ ਕੋਈ ਕੰਟਰੋਲ ਹੈ, ਪਤਾ ਨਹੀਂ ਕਿਸ ਕਾ ਕੰਟਰੋਲ ਹੈ ਯੇ ਵੀ ਪਤਾ ਨਹੀਂ। ਮੈਂ ਆਪਕੋ ਸਿਰਫ 4 ਮੰਦਿਰੋਂ ਕਾ ਉਦਾਹਰਣ ਦੂੰ ਇਸ ਦੇਸ਼ ਕੇ ਅੰਦਰ, ਔਰ ਟੋਟਲ ਮੰਦਿਰ ਭਾਰਤ ਮੇਂ 27 ਲੱਖ ਹੈ। ਅਭੀ ਤੱਕ ਹਮਾਰੇ ਪਾਸ 4 ਮੰਦਿਰੋਂ ਕਾ ਆਂਕੜਾ ਹੈ, ਜਿਸ ਮੇਂ ਮਹਾਲਕਸ਼ਮੀ ਮੰਦਿਰ ਹੈ, ਸ਼ਿਰਡੀ ਵਾਲੇ ਸਾਈ ਬਾਬਾ ਕਾ ਮੰਦਿਰ ਹੈ, ਮਹਾਪਦਮਾਨੰਦ ਮੰਦਿਰ ਹੈ ਔਰ ਤਿਰੁਪਤੀ ਬਾਲਾ ਜੀ। ਇਹ 4 ਮੰਦਿਰੋਂ ਕੇ ਪਾਸ ਔਨ ਦਾ ਰਿਕਾਰਡ 30,000 ਟਨ ਸੋਨਾ ਹੈ। ਮੈਂ ਦਾਅਵੇ ਸੇ ਕਹਿਤਾ ਹੂੰ ਕਿ ਅਗਰ ਵੋ 30,000 ਟਨ ਸੋਨਾ ਲਾ ਕਰਕੇ ਭਾਰਤ ਕੀ ਖਜ਼ਾਨੇ ਮੇਂ ਰੱਖ ਦਿਆ ਜਾਏ ਤੋ ਭਾਰਤ ਕਾ ਰੁਪਿਆ ਔਰ ਡਾਲਰ ਬਰਾਬਰੀ ਮੇਂ ਆਜ ਵੀ ਆ ਜਾਏਗਾ, ਆਜ ਵੀ ਆ ਜਾਏਗਾ। ਲੇਕਿਨ ਅਗਰ ਉਨ 27 ਲੱਖ ਮੰਦਿਰੋਂ ਮੇਂ ਰੱਖੀ ਹੋਈ ਪ੍ਰੋਪਰਟੀ ਔਰ ਜੋ ਆਜ ਕੀ ਤਾਰੀਖ ਮੇਂ ਸਰਮਾਏਦਾਰੋਂ ਕੇ ਪਾਸ ਮੇਂ ਜੋ ਸਰਕਾਰ ਕੀ ਸੰਪਤੀ ਬੇਚ ਕਰਕੇ ਉਨਕੇ ਹੱਕ ਔਰ ਅਧਿਕਾਰ ਮੇਂ ਡਾਲ ਦੀ ਗਈ ਹੈ, ਉਸ ਸਾਰੀ ਸੰਪਤੀ ਕੋ ਅਗਰ ਭਾਰਤ ਸਰਕਾਰ ਕੀ ਸੰਪਤੀ ਘੋਸ਼ਿਤ ਕਰ ਦਿਆ ਜਾਏ ਤੋ ਅਮਰੀਕਾ $65 ਲੈ ਕੇ 1 ਰੁਪਿਆ ਲੈਣ ਆਏਗਾ। ਇਹ ਮੈਂ ਕਹਤਾ ਹੂੰ। ਯਾਦ ਆਇਆ ਤੁਸੀਂ ਸੋਨੇ ਦੀ ਗੱਲ ਕਰਦੇ ਹੋ ਕਿ ਮੰਦਰਾਂ ਦੇ ਵਿੱਚ ਸੋਨਾ ਪਿਆ ਹੋਇਆ। ਆ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਨਿਊਜ਼ ਦੇ ਵਿੱਚ ਮੈਂ ਵੀ ਸੁਣ ਰਿਹਾ ਸਾਂ, ਸਾਊਥ ਵਾਲੀ ਸਾਈਡ ਕਿਸੇ ਮੰਦਰ ਦੇ ਵਿੱਚੋਂ ਬੇਇੰਤਿਹਾ ਸੋਨਾ ਨਿਕਲਿਆ, ਮੇਰੇ ਖਿਆਲ 5 ਕਮਰੇ ਖੋਲੇ ਗਏ, ਇਹਦੇ ਬਾਬਤ ਤੁਹਾਡਾ ਕੀ ਨਜ਼ਰੀਆ ਹੈ? ਐਸਾ ਹੈ ਕਿ ਐਸੇ ਅਥਾਹ ਮੰਦਿਰ ਜਿਨਕੇ ਬਾਰੇ ਮੈਂ ਜ਼ਿਕਰ ਕੀਆ ਹੈ ਕਿ ਵਹਾਂ ਪਰ ਖਜ਼ਾਨੇ ਕੇ ਰੂਪ ਮੇਂ ਅਥਾਹ ਸੋਨਾ ਪੜਾ ਹੁਆ ਹੈ, ਵੋ ਜਿਸਕਾ ਜ਼ਿਕਰ ਆਪ ਟੀਵੀ ਮੇਂ ਕਹਿ ਰਹੇ ਥੇ, ਹਮਨੇ ਵੀ ਦੇਖਾ ਥਾ ਔਰ ਮੈਨੇ ਉਸਕੋ ਗਹਿਰਾਈ ਸੇ ਦੇਖਾ ਥਾ ਕਿ ਵੋ ਸਾਊਥ ਕਾ ਇੱਕ ਮੰਦਿਰ ਥਾ, ਜਿਸਕਾ ਨਾਮ ਥਾ ਮਹਾਪਦਮਾਨੰਦ ਮੰਦਿਰ, ਔਰ ਵਹਾਂ ਪਰ ਸੋਨੇ ਕੇ ਖਜ਼ਾਨੇ ਕੇ ਰੂਪ ਮੇਂ ਜਬ 5 ਕਮਰੋਂ ਖੋਲਾ ਗਿਆ ਤੋ ਉਸਕੇ ਅੰਦਰ ਲਗਭਗ 10,000 ਟਨ ਸੇ ਜ਼ਿਆਦਾ ਸੋਨਾ ਮਿਲਾ ਥਾ ਏਕ ਹੀ ਮੰਦਿਰ ਮੇਂ। ਉਸਕੇ ਬਾਅਦ ਜਬ ਛਠੇ ਖਜ਼ਾਨੇ ਕਾ ਛਠਾ ਦਰਵਾਜ਼ਾ ਖੋਲਨੇ ਕੇ ਲਈ ਤਿਆਰੀ ਹੋਈ ਤੋ ਉਸਮੇਂ ਪਤਾ ਲਗਾ ਕਿ ਵੋ ਜੋ ਪਹਿਲੇ ਸੋਨਾ ਮਿਲਾ ਉਸਸੇ ਕਈ ਗੁਣਾ ਜ਼ਿਆਦਾ ਸੋਨਾ ਉਸ ਕਮਰੇ ਮੇਂ ਹੈ ਜਾਂ ਉਸ ਰੂਮ ਮੇਂ ਹੈ, ਤੋ ਸੁਪਰੀਮ ਕੋਰਟ ਨੇ ਹੀ ਉਸਕੇ ਉਪਰ ਰੋਕ ਲਗਾ ਦੀ। ਜਬਕਿ ਸੁਪਰੀਮ ਕੋਰਟ ਕੋ ਉਸੇ ਪਬਲਿਕ ਕਾ ਧਨ ਮਾਨ ਕਰਕੇ ਸਰਕਾਰ ਕੇ ਹਵਾਲੇ ਕਰ ਦੇਣਾ ਚਾਹੀਏ, ਲੇਕਿਨ ਖੁਦ ਸੁਪਰੀਮ ਕੋਰਟ ਨੇ ਉਸ ਪਰ ਰੋਕ ਲਗਾਈ ਕਿ ਨਹੀਂ ਦਰਵਾਜ਼ਾ ਬੰਦ ਕਰੋ, ਖੋਲਣਾ ਨਹੀਂ ਹੈ। ਔਰ ਉਸਕੇ ਬਾਅਦ ਉਹ ਖਬਰ ਕਹਾਂ ਗਾਇਬ ਹੋਈ, ਮੀਡੀਆ ਕੇ ਲੋਗੋਂ ਕੋ ਅੰਦਰ ਘੁਸਨੇ ਪਰ ਰੋਕ ਲਗਾ ਦੀ ਗਈ ਔਰ ਵੋ ਸੋਨਾ ਕਿਧਰ ਔਰ ਕਹਾਂ ਗਾਇਬ ਹੋ ਗਿਆ ਆਜ ਦਿਨ ਤੱਕ ਕਿਸੀ ਕੋ ਪਤਾ ਵੀ ਨਹੀਂ ਚਲਾ ਹੈ।